ਲੁਧਿਆਣੇ ਸ਼ਹਿਰ ਵਿੱਚ ਗਣਪਤੀ ਉਤਸਵ 2024 ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਇਸ ਨੂੰ ਲੈ ਕੇ ਲੁਧਿਆਣਾ ਦੇ BRS ਨਗਰ ਸਥਿਤ ਰਾਜਾ ਕੇ ਦਰਬਾਰ ਵਿੱਚ 7 ਸਤੰਬਰ ਤੋਂ 16 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਗਣਪਤੀ ਉਤਸਵ ਨੂੰ ਲੈ ਕੇ ਵੀ ਇਹ ਜਿਹੜਾ ਇੱਕ ਪੱਤਰਕਾਰ ਵਾਰਤਾ ਕੀਤੀ ਗਈ, ਜਿਸ ਵਿੱਚ ਦੱਸਿਆ ਕਿ ਰਾਜਾ ਦੇ ਦਰਬਾਰ ਵਿੱਚ ਪ੍ਰਤੀ ਦਿਨ ਗਣਪਤੀ ਬਾਪਾ ਨੂੰ 101 ਕਿਲੋ ਲੱਡੂਆਂ ਦਾ ਭੋਗ ਹੈ ਜਿਹੜਾ ਲਗਾਇਆ ਜਾਵੇਗਾ। ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ। ਅੱਜ ਕਾਰਜਕ੍ਰਮ ਦੀ ਪਹਿਲਾਂ ਤਾਂ ਮੈਂ ਗਣਪਤੀ ਬੱਪਾ ਦੇ ਜੈਕਾਰੇ ਨਾਲ ਸ਼ੁਰੂ ਕਰਾਂਗਾ। ਗਣਪਤੀ ਬੱਪਾ ਰਾਜਾ ਕਾ ਦਰਬਾਰ ਮਹਿਮਾ ਇਸਕੀ ਅਪਰੰਪਾਰ। ਅੱਜ ਸਾਰੇ ਭਰਾਵਾਂ ਨੇ ਸੇਵਕਾਂ ਦੀ ਇੱਕ ਵਿਸ਼ਾਲ ਮੀਟਿੰਗ ਜਿਹੜੀ ਕਿ ਸੀਜ਼ਰ ਚਾਈ ਸੈਲੂਨ 'ਚ ਹੋਈ ਹੈ, ਜਿਸ ਵਿੱਚ ਅੱਜ ਸਾਰੇ ਸੇਵਕਾਂ ਨੂੰ ਕਾਰਜਕ੍ਰਮ ਦੀ ਰੂਪਰੇਖਾ ਵਾਸਤੇ ਬੁਲਾਇਆ ਗਿਆ ਸੀਗਾ ਅਤੇ ਸਾਰੇ ਸੇਵਕਾਂ ਨੇ ਬੜੇ ਹਰਸ਼ੋ ਉਲਾਸ ਨਾਲ ਬੜੇ ਉਤਸ਼ਾਹ ਨਾਲ ਤਨ ਮਨ ਧਨ ਨਾਲ ਸੇਵਾ ਕਰਨ ਦਾ ਵਚਨ ਲਿਆ ਅਤੇ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਪ੍ਰਣ ਲਿੱਤਾ ਕਿ ਜਿਹੜਾ 12 ਸਾਲਾਂ ਤੋਂ ਇਹ ਸੰਸਥਾ ਕਾਰਜ ਕਰ ਰਹੀ ਹੈ, ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਅਤੇ ਗਣਪਤੀ ਬੱਪਾ ਜੀ ਦੀ ਵਿਸ਼ਾਲ ਕਿਰਪਾ ਨਾਲ ਇਸ ਵਾਰੀ ਭਵਯ ਪੰਡਾਲ ਹੋਰ ਵੀ ਅੱਗੇ ਨਾਲ ਵੱਡਾ ਹੋ ਰਿਹਾ ਹੈ ਅਤੇ ਇਸ ਨਾਲ ਪਾਰਕਿੰਗ ਦੀ ਲੰਗਰ ਦੀ ਫੈਸਿਲਿਟੀ ਅਲੱਗ ਪੰਡਾਲ ਬਣ ਰਿਹਾ, ਇਹ ਸਾਰਾ ਸਭ ਕਿਰਪਾ ਤੁਹਾਡੇ ਸਹਿਯੋਗ ਨਾਲ ਹੋ ਰਿਹਾ ਹੈ ਅਤੇ ਅੱਜ ਸਾਰੇ ਸੇਵਕਾਂ ਦਾ ਮੈਂ, ਕਿਉਂਕਿ ਅੱਜ ਰਾਜਾ ਕੇ ਦਰਬਾਰ ਦੇ ਸੇਵਕਾਂ ਦਾ ਦਿਨ ਹੈ ਅਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਰਿਣੀ ਹਾਂ। ਇੰਨਾ ਪਿਆਰ ਅਤੇ ਆਸ਼ੀਰਵਾਦ ਇਹਨਾਂ ਨੇ ਮੈਨੂੰ ਵੀ ਦਿੱਤਾ, ਰਾਜਾ ਕੇ ਦਰਬਾਰ ਦਾ ਗਣਪਤੀ ਬੱਪਾ ਜੀ ਦਾ ਆਸ਼ੀਰਵਾਦ ਇਹਨਾਂ ਨੂੰ ਸਦਾ ਹੀ ਮਿਲਦਾ ਰਹਿੰਦਾ ਹੈ ਅਤੇ ਸਾਰੇ ਤਨਦੇਹੀ ਨਾਲ ਆਪਣੇ ਪੂਰੇ ਪਰਿਵਾਰ ਨਾਲ ਸਾਰੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸ਼ਹਿਰ ਵਾਸੀਆਂ ਨਾਲ ਵੀ ਤੁਹਾਡੇ ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਦਾ ਵੀ ਅਪਾਰ ਸੁਨੇਹ ਸਾਨੂੰ ਮਿਲਦਾ, ਇਸੇ ਤਰ੍ਹਾਂ ਪਿਆਰ ਅਤੇ ਆਸ਼ੀਰਵਾਦ ਦਿੰਦੇ ਰਹੋ ਅਤੇ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਂਦੇ ਰਹੋ। ਇਸ ਵਾਰੀ ਜਿਹੜੀ ਮੂਰਤੀ ਹੈ ਮਿੱਟੀ ਦੀ ਸਪੈਸ਼ਲ ਬਣਾਈ ਜਾ ਰਹੀ ਹੈ ਕਾਰੀਗਰਾਂ ਦੁਆਰਾ, ਜਿਹੜੀ ਕਿ ਤਿਆਰ ਹੋ ਜਾਏਗੀ ਪੰਡਾਲ 'ਚ ਆਏਗੀ ਅਤੇ ਭਵਯ ਸ਼ੋਭਾ ਯਾਤਰਾ ਰਾਹੀਂ ਆਪਾਂ 7 ਤਰੀਕ ਨੂੰ ਸਵੇਰੇ ਜਿਹੜੀ ਇਹ ਸਥਾਪਨਾ ਕਰਾਂਗੇ। ਗਣਪਤੀ ਬੱਪਾ ਜੀ ਦਾ ਆਗਮਨ ਹੋਏਗਾ ਅਤੇ ਸਾਰੇ ਭਗਤ ਗਣਪਤੀ ਬੱਪਾ ਰਿੱਧੀ ਦਿੱਤਾ ਦੇ ਦਾਤਾ ਦਰਸ਼ਨ ਕਰਨਗੇ ਅਤੇ ਨਿਹਾਲ ਹੋਣਗੇ। ਗਣਪਤੀ ਬੱਪਾ ਮੋਰਿਆ ਅੱਜ ਰਾਜਾ ਦੇ ਦਰਬਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ। ਕਾਰਡ ਦੇ ਰਾਹੀਂ ਤਾਂ ਦਿਆਂਗੇ ਜੀ, ਦਿਲ ਦੇ ਰਾਹੀਂ ਥਰੂ ਚੈਨਲ ਅਸੀਂ ਇਹ ਸੱਦਾ ਦੇ ਰਹੇ ਹਾਂ ਕਿ 7 ਤਰੀਕ ਨੂੰ BRS ਨਗਰ ਵਿਖੇ ਪਹੁੰਚ ਕੇ ਇਸ ਮਹਾਂਕੁੰਭ ਦੇ ਵਿੱਚ ਆਪਣਾ ਹਿੱਸਾ ਪਾਓ। ਆਓ ਦੇਖੋ ਕਿ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਭੰਡਾਰ ਲੱਗ ਰਿਹਾ ਉਹ ਵੱਡਾ ਲੱਗ ਰਿਹਾ। ਸੰਗਤਾਂ ਦੇ ਮਹਾਂਕੁੰਭ ਨੂੰ ਦੇਖਦੇ ਹੋਏ ਇਸ ਵਾਰੀ ਬਾਪਾ ਜੀ ਨੇ ਆਪਣੀ ਮਿਹਰ ਨਾਲ ਇਸ ਭੰਡਾਰ ਨੂੰ ਹੋਰ ਵੱਡਾ ਕਰਤਾ। ਸਾਰੇ ਜਣਿਆਂ ਨੂੰ ਬੇਨਤੀ ਕੀਤੀ ਜਾਂਦੀ ਤਨ ਮਨ ਧਨ ਨਾਲ ਆਪਣੀ ਸੇਵਾ ਕਰੋ ਅਤੇ ਇਸ ਵਿੱਚ ਪਹੁੰਚੋ।